ਇਹ ਕੁਐਸਚਨ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹਨ, ਕਿਉਂਕਿ ਪੇਪਰ ਵਿੱਚ ਤੁਹਾਨੂੰ MCQ ਪੁੱਛੇ ਜਾਣਗੇ ਜੋ ਤੁਹਾਨੂੰ ਪਾਸ ਅਤੇ ਨੰਬਰ ਦੀ ਪ੍ਰਸੈਂਟੇਜ ਵਧਾਉਣ ਲਈ ਤੁਹਾਡੇ ਬੜੇ ਹੀ ਹੈਲਪਫੁੱਲ ਹੋਣਗੇ। ਆਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਪੜ੍ਹਾਂਗੇ, ਇਸ ਕਲਾਸ ਵਿੱਚ ਅਸੀਂ ਜਿਹੜੇ ਦਸਵੀਂ ਦੇ ਪਾਠ ਆ ਉਹ ਕਵਰ ਕੀਤੇ ਆ, ਦੋ ਪਾਠ ਕਵਰ ਕੀਤੇ ਆ, ਪਾਠ ਦਸਵਾਂ ਪ੍ਰਕਾਸ਼ ਪਰਿਵਰਤਨ ਅਤੇ ਅਪਰਿਵਰਤਨ, ਸੈਕਿੰਡ ਪਾਠ ਗਿਆਰਵਾਂ ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ। ਪਹਿਲਾ ਕੁਐਸਚਨ ਲੈਂਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈਂਸ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ? ਵਿੱਚ ਆਫ ਫੋਲੋਇੰਗ ਮਟੀਰੀਅਲ ਕੈਨਟ ਬੀ ਯੂਜ਼ਡ ਟੂ ਮੇਕ ਅ ਲੈਂਸ। ਆਪਸ਼ਨਸ, ਪਹਿਲਾ ਪਾਣੀ ਵਾਟਰ, ਸੈਕਿੰਡ ਕੱਚ ਜਿਵੇਂ ਆਪਾਂ ਗਲਾਸ, ਥਰਡ ਪਲਾਸਟਿਕ, ਫੋਰਥ ਮਿੱਟੀ ਕਲੇ। ਰਾਈਟ ਆਂਸਰ ਕੀ ਆਪਣੇ ਕੋਲ? ਮਿੱਟੀ ਜਾਂ ਕਲੇ। ਇਹਦੇ ਤੋਂ ਕੀ ਹੈ, ਕਿਉਂਕਿ ਇਹ ਕੀ ਆ, ਇਹ ਤੋਂ ਤਾਂ ਕੀ ਆਪਾਂ ਲੈਂਸ ਨਹੀਂ ਬਣਾ ਸਕਦੇ ਜਾਂ ਆਪਾਂ ਲੈਂਸ ਦੇ ਤੌਰ 'ਤੇ ਇਹਨੂੰ ਯੂਜ਼ ਨਹੀਂ ਕਰ ਸਕਦੇ, ਜਿੱਥੋਂ ਕੀ ਆ ਪ੍ਰਕਾਸ਼ ਦਾ ਪਰਿਵਰਤਨ ਜਾਂ ਅਪਰਿਵਰਤਨ ਹੁੰਦਾ ਦਾ ਫਨੋਮਨਾ ਜਿਹੜਾ ਹੁੰਦਾ ਉਹ ਦੇਖਿਆ, ਇਹਨਾਂ 'ਚੋਂ ਨਹੀਂ ਜਾ ਸਕਦਾ। ਸੈਕਿੰਡ, ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਆਭਾਸੀ ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ? ਦ ਇਮੇਜ ਫਾਊਂਡ ਬਾਏ ਦ ਕਨਕੇਵ ਮਿਰਰ ਅਬਜ਼ਰਵਡ ਟੂ ਬੀ ਵਰਚੁਅਲ ਇਰੈਕਟ ਐਂਡ ਲਾਰਜ ਦੈਨ ਦ ਓਬਜੈਕਟ, ਵੇਅਰ ਸ਼ੁੱਡ ਬੀ ਦ ਪੋਜੀਸ਼ਨ ਆਫ ਦ ਓਬਜੈਕਟ? ਆਪਸ਼ਨਸ ਆਰ ਮੁੱਖ ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ, ਬਿਟਵੀਨ ਪ੍ਰਿੰਸੀਪਲ ਫੋਕਸ ਐਂਡ ਦ ਸੈਂਟਰ ਆਫ ਕਰਵੇਚਰ। ਸੈਕਿੰਡ, ਵਕਰਤਾ ਕੇਂਦਰ ਉੱਤੇ, ਐਟ ਦ ਸੈਂਟਰ ਆਫ ਦ ਕਰਵੇਚਰ। ਥਰਡ, ਵਕਰਤਾ ਕੇਂਦਰ ਤੋਂ ਪਰੇ, ਬਿਓਂਡ ਦ ਸੈਂਟਰ ਆਫ ਕਰਵੇਚਰ। ਫੋਰਥ, ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ, ਬਿਟਵੀਨ ਦ ਪੋਲ ਆਫ ਮਿਰਰ ਐਂਡ ਇਟਸ ਪ੍ਰਿੰਸੀਪਲ ਫੋਕਸ। ਹੁਣ ਆਪਾਂ ਸਹੀ ਉੱਤਰ ਜਾਣਦੇ ਹਾਂ, ਦ ਰਾਈਟ ਆਂਸਰ ਕੀ ਹੈ? ਫੋਰਥ, ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ, ਬਿਟਵੀਨ ਦ ਪੋਲ ਆਫ ਦ ਮਿਰਰ ਐਂਡ ਇਟਸ ਪ੍ਰਿੰਸੀਪਲ ਫੋਕਸ। ਨੈਕਸਟ ਕੁਐਸਚਨ, ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈਣ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ? ਵੇਅਰ ਸ਼ੁੱਡ ਐਨ ਓਬਜੈਕਟ ਬੀ ਪਲੇਸਡ ਇਨ ਦ ਫਰੰਟ ਆਫ ਕਨਵੈਕਸ ਲੈਂਸ ਟੂ ਗੈਟ ਅ ਰੀਅਲ ਅਮੇਜ਼ ਆਫ ਦ ਸਾਈਜ਼ ਆਫ ਦ ਓਬਜੈਕਟ? ਆਪਸ਼ਨਸ, ਲੈਂਸ ਦੇ ਮੁੱਖ ਫੋਕਸ 'ਤੇ, ਐਟ ਦ ਪ੍ਰਿੰਸੀਪਲ ਫੋਕਸ ਆਫ ਲੈਂਸ। ਸੈਕਿੰਡ, ਫੋਕਸ ਦੂਰੀ ਦੀ ਦੁੱਗਣੀ ਦੂਰੀ 'ਤੇ, ਐਟ ਟਵਾਈਸ ਆਫ ਫੋਕਲ ਲੈਂਥ। ਥਰਡ, ਅਨੰਤ ਉੱਤੇ, ਐਟ ਇਨਫਾਈਨਿਟੀ। ਫੋਰਥ, ਲੈਂਸ ਦੇ ਪ੍ਰਕਾਸ਼ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਕਾਰ, ਬਿਟਵੀਨ ਦ ਆਪਟੀਕਲ ਸੈਂਟਰ ਆਫ ਦ ਲੈਂਸ ਐਂਡ ਇਟਸ ਪ੍ਰਿੰਸੀਪਲ ਫੋਕਸ। ਐਂਡ ਦ ਰਾਈਟ ਆਂਸਰ ਇਜ਼ ਸੈਕਿੰਡ, ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ, ਐਟ ਟਵਾਈਸ ਆਫ ਦ ਫੋਕਲ ਲੈਂਥ। ਨੈਕਸਟ ਕੁਐਸਚਨ, ਕਿਸੇ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈਂਸ ਦੋਵਾਂ ਦੀਆਂ ਫੋਕਸ ਦੂਰੀਆਂ -15 ਸੈਂਟੀਮੀਟਰ ਹਨ। ਦਰਪਣ ਅਤੇ ਲੈਂਸ ਸੰਭਾਵਿਤ ਹਨ। ਇਹ ਸਪੈਰੀਕਲ ਮਿਰਰ ਐਂਡ ਦ ਥਿਨ ਸਪੈਰੀਕਲ ਲੈਂਸ ਹੈਵ ਈਚ ਆਫ ਫੋਕਲ ਲੈਂਥ ਇਜ -15 ਸੈਂਟੀਮੀਟਰ। ਦ ਮਿਰਰ ਐਂਡ ਦ ਲੈਂਸ ਲਾਈਕਲੀ ਟੂ ਵੀ ਕਿਹੜੇ ਹੋਣਗੇ? ਆਪਸ਼ਨਸ ਆਰ ਦੋਵੇਂ ਅਵਤਲ, ਬੋਥ ਕਨਕੇਵ, ਦੋਵੇਂ ਉੱਤਲ, ਬੋਥ ਕਨਵੈਕਸ, ਦਰਪਣ ਅਵਤਲ ਅਤੇ ਲੈਂਸ ਉੱਤਲ। ਥਰਡ ਆਪਸ਼ਨ ਕੀ ਹੈ? ਦ ਮਿਰਰ ਇਜ਼ ਕਨਕੇਵ ਐਂਡ ਦ ਲੈਂਸ ਇਜ਼ ਕਨਵੈਕਸ। ਫੋਰਥ ਆਪਸ਼ਨ, ਦਰਪਣ ਉੱਤਲ ਅਤੇ ਲੈਂਸ ਅਵਤਲ। ਦ ਮਿਰਰ ਇਜ਼ ਕਨਵੈਕਸ ਬਟ ਲੈਂਸ ਇਜ਼ ਕਨਕੇਵ। ਰਾਈਟ ਆਂਸਰ ਦੇਖਦੇ ਹਾਂ ਆਪਾਂ, ਦੋਵੇਂ ਅਵਤਲ, ਯਾਨੀ ਕਿ ਪਹਿਲਾ ਜਿਹੜਾ ਆਪਸ਼ਨ ਆ ਉਹ ਸਹੀ ਹੈ, ਦੋਵੇਂ ਅਵਤਲ, ਬੋਥ ਕਨਕੇਵ। ਅਗਲਾ ਕੁਐਸਚਨ, ਕਿਸੇ ਦਰਪਣ ਤੋਂ ਤੁਸੀਂ ਕਿੰਨੀ ਦੂਰੀ ਉੱਤੇ ਖੜ੍ਹੇ ਹੋ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਪ੍ਰਤੀਤ ਹੁੰਦਾ ਹੈ? ਸੰਭਵ ਤੌਰ 'ਤੇ ਦਰਪਣ ਹੈ। ਨੋ ਮੈਟਰ ਹਾਓ ਫਾਰ ਯੂ ਸਟੈਂਡ ਫਰੋਮ ਮਿਰਰ, ਯੂਅਰ ਮੇਜ਼ ਅਪੀਅਰ ਟੂ ਰੈਕਟ। ਦ ਮਿਰਰ ਇਜ਼ ਲਾਈਕਲੀ ਟੂ ਬੀ ਕੇਵਲ ਸਮਤਲ। ਸੈਕਿੰਡ ਆਪਸ਼ਨ, ਕੇਵਲ ਅਵਤਲ, ਕਨਕੇਵ। ਥਰਡ ਆਪਸ਼ਨ, ਕੇਵਲ ਉੱਤਲ, ਕਨਵੈਕਸ। ਫੋਰਥ ਆਪਸ਼ਨ, ਜਾਂ ਤਾਂ ਸਮਤਲ ਜਾਂ ਉੱਤਲ, ਆਈਦਰ ਪਲੇਨ ਔਰ ਕਨਵੈਕਸ। ਤਾਂ ਸਹੀ ਉੱਤਰ ਹੈ ਫੋਰਥ, ਜਾਂ ਤਾਂ ਸਮਤਲ ਜਾਂ ਉੱਤਲ, ਆਈਦਰ ਪਲੇਨ ਔਰ ਕਨਵੈਕਸ। ਇਸ ਇਹਨਾਂ 'ਤੇ ਆਪਾਂ ਕਿੱਥੇ ਵੀ ਖੜ੍ਹ ਜਾਈਏ ਆਪਣੀ ਜਿਹੜੀ ਹਮੇਸ਼ਾ ਕੀ ਹੈ, ਅਮੇਜ਼ ਕੀ ਹੈ, ਜਿਹੜਾ ਪ੍ਰਤੀਬਿੰਬ ਹਮੇਸ਼ਾ ਕੀ ਹੈ ਉਹ ਸਿੱਧਾ ਹੋਏਗਾ। ਦਾ ਅਮੇਜ਼ ਕੀ ਹੋਏਗੀ? ਇਰੈਕਟ ਹੋਏਗੀ। ਜਾਂ ਤਾਂ ਦਰਪਣ ਸਮਤਲ ਹੋਵੇ ਜਾਂ ਉਹ ਕੀ ਹੋਵੇ, ਕਨਵੈਕਸ ਹੋਵੇ। ਅਗਲਾ ਕੁਐਸਚਨ, ਕਿਸੇ ਸ਼ਬਦ ਕੋਸ਼ ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਲਈ ਤੁਸੀਂ ਹੇਠ ਲਿਖਿਆ ਕਿਸ ਲੈਨ ਨੂੰ ਪਹਿਲ ਦਿਓਗੇ?
Which of following lens should be preferred to use while reading small letter found in the directionary? Option ki hai 15 cm focus with the optical lens, a convex lens of focal length 50 cm, second 50 cm focus during the optical lens, a concave lens of focal length 50 cm, third 5 cm during the optical lens, a convex lens of focal length 5 cm, फोर्थ की है 5 सेंटीमीटर फोकस दूरी तक अवतल लेंस, एक कनकेव लेंस ऑफ फोकल लेंथ 5 सेंटीमीटर। तो ऑप्शन राइट आंसर की अपना 50 सेंटीमीटर दूरी तक अवतल लेंस, सेकंड ऑप्शन की है राइट आंसर है एक कनकेव लेंस ऑफ फोकल लेंथ 50 सेंटीमीटर। जो डिक्शन छोटे अक्षर तो बड़े करके देखने आप पढ़ने लिए वरत्या जाता कि वह शब्द कोश के छोटे अक्षर पढ़ने लिए स्केल लेंस की वरतों करोंगे, कनकेव लेंस की फोकल लेंथ ऑफ 50 सेंटीमीटर। मनुखी अख, अगला क्वेश्चन, मनुखी अख नेत्र लेंस की फोकस दूरी को विस्थापित करके भिन्न भिन्न दूरियों पर रखी वस्तुओं को फोकस कर सकता है, अजिहा हो सकने का कारण है। द ह्यूमन आई कैन फोकस ऑब्जेक्ट एट डिफरेंट डिस्टेंस बाय एडजस्टिंग द फोकल लेंथ ऑफ आई लेंस, दिस इज ड्यू टू, पहला ऑप्शन जरा दृष्टा, सेकेंड अनुकूलन समर्था अकोमोडेशन, थर्ड निकट दृष्टि नियर साइटनेस, फोर्थ किया दूरदृष्टा फॉर साइटनेस। तो सही आंसर किया था सेकंड अनुकूलन समर्था अकोमोडेशन। नेक्स्ट क्वेश्चन, मनुखी अख जिस भाग उत्ते किसी वस्तु का प्रतिबिंब बनाती है वह है, द ह्यूमन आई फॉर्म्स द मेज ऑफ ऑब्जेक्ट इन इट्स, ऑप्शंस फर्स्ट कॉर्निया, सेकंड आयरस, थर्ड पुतली, फोर्थ रेटिना। तो सही उत्तर देखते हैं, राइट आंसर इज रेटिना। जी अमेज है प्रतिबिंब है ह्यूमन आई विच कितने बनता हो रेटिना से फॉर्मेशन होता है। अगला प्रश्न है, साधारण दृष्टि के व्यक्ति लिए स्पष्ट दर्शन की अल्पतम दूरी होंगी है लगभग, द लीस्ट डिस्टेंस ऑफ डिस्टिंग विजन ऑफ यंग अडल्ट विद नॉर्मल विजन इज अबाउट फर्स्ट 25 सेंटीमीटर, सेकेंड 2.5 सेंटीमीटर, थर्ड 25 सेंटीमीटर, फोर्थ 2.5 मीटर। ऑप्शन अपन चार दी है, पहली ऑप्शन की भी है 25 मीटर, दूजी 2.5 सेंटीमीटर, तीजी 25 सेंटीमीटर, चौथी 2.5 मीटर। तो सही उत्तर है 25 सेंटीमीटर। संधारण दृष्टि लगभग किन्नी दूरी कि तो आप सही देख सकते हैं 25 सेंटीमीटर तो। नैक्सट क्वेश्चन, नेत्र लेंस की फोकस दूरी में परिवर्तन किया जा सकता है, द चेंज इन फोकल लेंथ ऑफ आई लेंस इज कॉज्ड बाय द एक्शन ऑफ द, ऑप्शंस की है पुतली, प्यूपल, सेकंड ऑप्शन रेटिना, थर्ड ऑप्शन सिलरी पेशी द्वारा सिलरी मसल्स, फोर्थ की है आयरस। सही उत्तर जानते हैं सिलरी पेशी द्वारा सिलरी मसल द्वारा, थर्ड ऑप्शन की राइट आंसर है। जी नेत्र लेंस की फोकस दूरी परिवर्तन कौन करता है, सिलरी मसल्स करते हैं, द चेंज इन फोकल लेंथ ऑफ आई लेंस इज कॉज्ड बाय द सिलरी मसल्स। उम्मीद है तुम्हें सारे क्वेश्चन समझ आ गए होंगे, तो इस पेपर में ध्यान ना करना है ताकि तुम वधिया नंबर ले सको। धन्यवाद।